ਸਤਿ ਸ਼੍ਰੀ ਅਕਾਲ ਮੈਂ ਰਵਿੰਦਰ ਫਿਰ ਤੋਂ ਇੱਕ ਵਾਰ ਸਵਾਗਤ ਹੈ ਮੇਰੇ YouTube ਚੈਨਲ ਤੇ ਹੋਪ ਕਿ ਸਾਰੇ ਵਧੀਆ ਹੋਵੋਗੇ ਫਿਟ ਐਂਡ ਫਾਈਨ ਹੋਵੋਗੇ ਦੋਸਤੋ ਉਮੀਦ ਕਰਦਾ ਸਾਰੇ ਬਹੁਤ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਬੇਸਿਕਲੀ ਅੱਜ ਦੀ ਵੀਡੀਓ ਦਾ ਥੰਬਨੇਲ ਆਲਰੇਡੀ ਤੁਸੀਂ ਦੇਖ ਚੁੱਕੇ ਹੋ ਕਿ ਵੀਡੀਓ ਕਿਸ ਰਿਲੇਟਡ ਹੋਣ ਵਾਲੀ ਹੈ ਸੋ ਜਦੋਂ ਗੱਲ ਕੈਨੇਡਾ ਆਉਣ ਦੀ ਹੁੰਦੀ ਹੈ ਨਾ ਪਹਿਲੇ ਜਿਹੜੇ ਫਿਊ ਡੇਜ਼ ਹੁੰਦੇ ਨੇ ਬਿਫੋਰ ਕਮਿੰਗ ਟੂ ਕੈਨੇਡਾ ਬੜੇ ਕ੍ਰੂਸ਼ਲ ਜੇ ਹੁੰਦੇ ਨੇ ਮਤਲਬ ਬੜੇ ਕ੍ਰਿਟੀਕਲ ਜੇ ਹੁੰਦੇ ਨੇ ਬੜੀ ਟੈਨਸ਼ਨ ਹੁੰਦੀ ਹੈ ਦਿਮਾਗ ਦੇ ਵਿੱਚ ਯਾਰ ਕੈਨੇਡਾ ਜਾਣਾ ਕੀ ਲੈ ਕੇ ਜਾਈਏ ਕੀ ਨਾ ਲੈ ਕੇ ਜਾਈਏ ਬੜੀ ਟੈਨਸ਼ਨ ਹੁੰਦੀ ਹੈ ਸਪੈਸ਼ਲੀ ਉਸ ਦਿਨ ਜਿਹੜਾ ਲਾਸਟ ਦਿਨ ਹੁੰਦਾ ਜਿੱਦਣ ਆਪਾਂ ਬੋਰਡ ਕਰਨਾ ਹੁੰਦਾ ਤੇ ਬੈਗ ਪੈਕ ਕਰਨੇ ਹੁੰਦੇ ਨੇ ਹਨਾ ਸੋ ਉਦੋਂ ਬੜੀ ਟੈਨਸ਼ਨ ਹੁੰਦੀ ਹੈ ਕਿ ਯਾਰ ਜੇ ਮੈਂ ਆਹ ਚੀਜ਼ ਛੱਡ ਗਿਆ ਪਤਾ ਨਹੀਂ ਉੱਥੇ ਕੈਨੇਡਾ ਜਾ ਕੇ ਮਿਲਣੀ ਆ ਪਤਾ ਨਹੀਂ ਨਹੀਂ ਮਿਲਣੀ ਸੋ ਅੱਜ ਆਪਾਂ ਤੁਹਾਡੇ ਇਹੀ ਸਾਰੇ ਡਾਊਟ ਕਲੀਅਰ ਕਰਨੇ ਨੇ ਤੇ ਅੱਜ ਤੁਹਾਨੂੰ ਲੈ ਕੇ ਜਾਵਾਂਗੇ ਕੈਨੇਡਾ ਦੇ ਚੀਪੈਸਟ ਸਟੋਰ ਦੇ ਵਿੱਚ ਜਿੱਥੋਂ ਤੁਸੀਂ ਹਰ ਇੱਕ ਛੋਟੀ ਤੋਂ ਛੋਟੀ ਚੀਜ਼ ਬਾਏ ਕਰ ਸਕਦੇ ਹੋ ਉਹ ਵੀ ਅਫੋਰਡੇਬਲ ਪ੍ਰਾਈਸਿਸ ਤੇ ਸੋ ਬਹੁਤਾ ਟਾਈਮ ਆਪਾਂ ਵੇਸਟ ਨਹੀਂ ਕਰਦੇ ਚੱਲਦੇ ਹਾਂ ਆ ਜਾਓ ਫਿਰ ਪਹੁੰਚ ਗਿਆ ਅੰਦਰ ਸਭ ਤੋਂ ਪਹਿਲਾਂ ਕਿਚਨ ਸੈਕਸ਼ਨ ਦੇ ਵਿੱਚ ਆਏ ਹਾਂ ਅਤੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਜਿਹੜੀ ਕਿਚਨ ਦਾ ਸੈਕਸ਼ਨ ਹੈ ਇਹ ਆਪਣੀ ਮੇਨ ਰੂਟੀਨ ਲਾਈਫ ਦਾ ਇੱਕ ਪਾਰਟ ਆ ਸੋ ਬੇਸਿਕਲੀ ਕੀ ਹੁੰਦਾ ਕਿ ਜਦੋਂ ਆਪਾਂ ਇੰਡੀਆ ਤੋਂ ਆਉਣਾ ਹੈ ਨਾ ਆਪਣੇ ਮਾਇੰਡ ਦੇ ਵਿੱਚ ਸਭ ਤੋਂ ਪਹਿਲਾਂ ਇਹ ਹੁੰਦਾ ਯਾਰ ਮੈਂ ਭਾਂਡੇ ਲੈ ਜਾਵਾਂ ਮੈਂ ਕੜਛੀਆਂ ਲੈ ਜਾਵਾਂ ਮੈਂ ਨਾਈਫ ਲੈ ਜਾਵਾਂ ਉੱਥੇ ਜਾ ਕੇ ਪਤਾ ਨਹੀਂ ਮਿਲਣੇ ਆ ਪਤਾ ਨਹੀਂ ਕਿੰਨੀਆਂ ਕਿੰਨੀਆਂ ਜਿੱਦਾਂ ਗਾਰਲਿਕ ਪ੍ਰੈਸ ਹੋ ਗਿਆ ਇਹਦਾ ਕੀ ਪ੍ਰਾਈਸ ਆ ਸਿਰਫ $4 ਅੰਡਰ $4 ਠੀਕ ਹੈ ਅਤੇ ਮੇਨ ਪ੍ਰੋਬਲਮ ਕੀ ਹੁੰਦੀ ਹੈ ਕਿ ਜਦੋਂ ਆਪਾਂ ਇੰਡੀਆ ਤੋਂ ਆਉਂਦੇ ਹਾਂ ਨਾ ਆਪਾਂ ਇੱਦਾਂ ਦੇ ਪੈਨ ਵਗੈਰਾ ਵੀ ਲੈ ਕੇ ਆਉਂਦੇ ਹਾਂ ਆਹ ਦੇਖੋ ਆ ਪੈਨ ਕੀ ਇਹ ਵੀ ਚੱਕ ਲਿਆਉਂਦੇ ਹਾਂ ਆਪਾਂ ਅਤੇ ਇਹਦਾ ਕੀ ਕੋਸਟ ਆ ਓਨਲੀ $4.75 ਸਿਰਫ $4.75 ਦਾ ਇਹਦਾ ਪ੍ਰਾਈਜ਼ ਆ ਜੋ ਕਿ ਈਜ਼ੀਲੀ ਅਫੋਰਡੇਬਲ ਆ ਕੈਨੇਡਾ ਦੇ ਵਿੱਚ ਠੀਕ ਹੈ ਸੋ ਜੇ ਆਪਾਂ ਸਪੂਨਸ ਐਂਡ ਫੋਕਸ ਦੀ ਗੱਲ ਕਰੀਏ ਤਾਂ ਇਹਨਾਂ ਦਾ ਜਿਹੜਾ ਪ੍ਰਾਈਜ਼ ਆ ਸਿਰਫ $1.25 ਹੈ ਦੇਖੋ ਸਿਰਫ $1.25 ਦੇ ਵਿੱਚ ਆਪਾਂ ਨੂੰ ਇਹ ਚੀਜ਼ਾਂ ਈਜ਼ੀਲੀ ਅਫੋਰਡੇਬਲ ਨੇ ਆਪਾਂ ਲੈ ਸਕਦੇ ਹਾਂ ਆਪਾਂ ਇੱਦਾਂ ਆਉਂਦੇ ਹਾਂ ਬੈਗ ਭਰ ਕੇ ਲਿਆਉਂਦੇ ਹਾਂ ਫਾਲਤੂ ਅਨਸੈਸਰੀ ਹੈ ਨਾ ਅਤੇ ਜਿਹੜਾ ਕਿ ਡਜ਼ਨਟ ਮੇਕ ਸੈਂਸ ਅਤੇ ਉਸ ਤੋਂ ਬਾਅਦ ਕੀ ਹੈ ਆਹ ਸਪੂਨ ਨੇ ਜਿੰਨੇ ਮਰਜ਼ੀ ਚਮਚੇ ਲੈ ਲਓ ਆਪਾਂ ਇਹ ਵੀ ਸੋਚਦੇ ਹਾਂ ਕਿ ਚਮਚੇ ਲੈ ਜਾਈਏ ਕੜਛੀਆਂ ਲੈ ਜਾਈਏ ਉੱਥੋਂ ਐਵੇਂ ਬੈਗ ਚੱਕ ਲਿਆਉਂਦੇ ਹਾਂ ਆਹ ਦੇਖੋ ਜਦੋਂ ਮੈਂ ਆਇਆ ਸੀ ਇੰਡੀਆ ਤੋਂ ਮੈਂ ਉਹ ਵੀ ਉਹ ਕੁੰਡੀ ਸੋਟਾ ਜਿਹਾ ਉਹ ਇਲਾਚੀਆਂ ਕੁੱਟਣ ਵਾਲਾ ਲੈ ਕੇ ਆਇਆ ਸੀਗਾ ਕੀ ਕਹਿੰਦੇ ਹੁੰਦੇ ਨੇ ਇਹਨੂੰ ਆਪਾਂ ਪੰਜਾਬੀ ਦੇ ਵਿੱਚ ਤਾਂ ਉਹ ਆਪਾਂ ਕਹਿੰਦੇ ਮਸਾਲੇ ਕੁੱਟਣ ਵਾਲਾ ਜੋ ਕਿ ਸਿਰਫ $4 ਦਾ ਠੀਕ ਹੈ ਈਜ਼ੀ ਜੇ ਗੱਲ ਕਰਾਂ ਨਾਈਫਸ ਦੀ ਤਾਂ ਨਾਈਫਸ ਅੰਡਰ $5 $4.75 $5 ਪਹਿਲਾਂ ਕੀ ਹੁੰਦਾ ਸੀਗਾ ਕਿ ਫਿਊ ਈਅਰ ਬੈਕ ਲਾਈਕ 2-3 ਸਾਲ ਪਹਿਲਾਂ ਜੋ ਡਾਲਰਾਂ ਦੇ ਪ੍ਰਾਈਜ਼ ਸੀਗੇ ਮੈਕਸੀਮਮ ਅੰਡਰ $4 ਸੀਗੇ ਠੀਕ ਹੈ ਸੋ ਹੁਣ ਇਨਫਲੇਸ਼ਨ ਹੋਣ ਕਰਕੇ ਇਹਨਾਂ ਨੇ $1 ਹੋਰ ਇਨਕਰੀਜ਼ ਕਰਤਾ ਚੈਕਟਰ ਨੇ ਰੋਟੀਆਂ ਲਾਉਣ ਵਾਲੇ ਸਿਰਫ $4.25 ਠੀਕ ਹੈ ਸੋ ਜਿੱਦਾਂ ਕਿ ਬੇਕਿੰਗ ਆਇਲ ਦੇ ਵਿੱਚ ਬੇਕਿੰਗ ਰਿਲੇਟਡ ਸਾਰੇ ਆਪਾਂ ਨੂੰ ਯੂਟੈਂਸਲਸ ਮਿਲ ਜਾਂਦੇ ਆ ਜਿਹੜੇ ਯੂਜ਼ ਐਂਡ ਥਰੋ ਕਰ ਸਕਦੇ ਹਾਂ ਆਪਾਂ ਡਿਸਪੋਜ਼ੇਬਲ ਹੁੰਦੇ ਆ ਆਈ ਮੀਨ ਸਿਰਫ ਔਰ ਸਿਰਫ $1.25 ਤੁਸੀਂ ਡਾਲਰ ਨੂੰ ਹੁਣ ਇੰਡੀਅਨ ਕਰੰਸੀ ਨਾਲ ਕਨਵਰਟ ਕਰੋਗੇ ਫਿਰ ਓਬਵੀਅਸਲੀ ਤੁਹਾਨੂੰ ਬਹੁਤ ਐਕਸਪੈਂਸਿਵ ਲੱਗਣਾ ਬਟ ਤੁਸੀਂ ਕੈਡ ਨੂੰ ਕੈਡ 'ਚ ਹੀ ਰਹਿੰਦੇ ਹੋ ਫਿਰ ਅਫੋਰਡੇਬਿਲਟੀ ਤੁਹਾਡੀ ਤੁਹਾਨੂੰ ਅਲਾਓ ਕਰਦੀ ਆ ਸੋ ਇੱਧਰ ਗੱਲ ਕਰੀਏ ਤਾਂ ਇੱਧਰ ਜਿਪਲੋਕ ਬੈਗਸ ਜਿੱਦਾਂ ਗਾਰਬੇਜ ਨੂੰ ਮੇਨਟੇਨ ਕਰਨ ਦੇ ਲਈ ਬੈਗਸ ਚਾਹੀਦੇ ਹੁੰਦੇ ਆ ਹੈ ਨਾ ਉਹ ਸਾਰੇ ਇੱਥੇ ਤੁਹਾਨੂੰ ਮਿਲ ਸਕਦੇ ਆ ਜਿੱਦਾਂ ਫੂਡ ਨੂੰ ਰੈਪ ਅਪ ਕਰਨ ਦੇ ਲਈ ਤੁਹਾਨੂੰ ਯੂਨੋ ਫੋਇਲ ਪੇਪਰ ਚਾਹੀਦਾ ਜਾਂ ਸੈਂਡਵਿਚ ਬੈਗ ਚਾਹੀਦੇ ਨੇ ਸਾਰੇ ਹੀ ਜਾਣੀ ਕਿ ਈਜ਼ੀ ਅਫੋਰਡੇਬਲ ਨੇ ਸਿਰਫ ਔਰ ਸਿਰਫ ਜੇ ਆਪਾਂ ਕਹੀਏ ਤਾਂ ਸਿਰਫ $4 ਪਰ ਪੈਕ ਪਰ ਪੀਸ ਆਈ ਮੀਨ ਡਿਪੈਂਡ ਕਰਦਾ ਤੁਸੀਂ ਕੀ ਲੈ ਰਹੇ ਹੋ ਠੀਕ ਹੈ ਸੋ ਪ੍ਰਾਈਜ਼ ਅਕੋਰਡਿੰਗਲੀ ਆ ਜਿੱਦਾਂ ਕਿ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਮੈਕਸੀਮਮ $5 ਦੇ ਅੰਡਰ ਤੁਸੀਂ ਇੱਥੋਂ ਕੁਛ ਵੀ ਲੈ ਕੇ ਜਾ ਸਕਦੇ ਹੋ ਬਟ ਜੋ ਕਿ ਅਵੇਲੇਬਲ ਆ ਨੋਟ ਐਵਰੀਥਿੰਗ ਕੰਪੈਰੇਟਿਵਲੀ ਅਗਰ ਦੇਖਿਆ ਜਾਵੇ ਤਾਂ ਜਿੱਦਾਂ ਕਿ ਵਾਲਮਾਰਟ ਦੇ ਵਿੱਚ ਕਈ ਚੀਜ਼ਾਂ ਬੜੀਆਂ ਐਕਸਪੈਂਸਿਵ ਲੱਗੀਆਂ ਹੁੰਦੀਆਂ ਨੇ ਕੋਸਕੋ ਦੇ ਵਿੱਚ ਕਈ ਵਾਰ ਕਈ ਚੀਜ਼ਾਂ ਐਕਸਪੈਂਸਿਵ ਲੱਗੀਆਂ ਜਾਂ ਡਿਫਰੈਂਟ ਸਟੋਰ ਦੇ ਵਿੱਚ ਐਕਸਪੈਂਸਿਵ ਲੱਗੀਆਂ ਹੁੰਦੀਆਂ ਨੇ ਜੋ ਆਪਾਂ ਰੂਟੀਨ ਲਾਈਫ ਦੇ ਵਿੱਚ ਯੂਜ਼ ਕਰਦੇ ਹਾਂ ਬਟ ਡਾਲਰਾਂ ਦੇ ਵਿੱਚ ਤੁਸੀਂ ਈਜ਼ੀਲੀ ਅਫੋਰਡ ਕਰ ਸਕਦੇ ਹੋ ਅਤੇ ਗੱਲ ਕਰਾਂ ਕੁਆਲਿਟੀ ਦੀ ਤਾਂ ਜੋ ਤੁਸੀਂ ਆਪਣੀ ਸਪੈਂਡਿੰਗਸ ਕਰ ਰਹੇ ਹੋ ਉਹਦੇ ਅਕੋਰਡਿੰਗ ਕੁਆਲਿਟੀ ਵਰਥ ਇਟ ਅਕੋਰਡਿੰਗ ਟੂ ਮੀ ਜਦੋਂ ਤੁਸੀਂ ਪਰਸਨਲੀ ਐਕਸਪੀਰੀਅੰਸ ਕਰੋਗੇ ਤੁਸੀਂ ਵੀ ਆਈ ਹੋਪ ਕਿ ਸੇਮ ਐਕਸਪੀਰੀਅੰਸ ਹੀ ਹੋਊਗਾ ਤੁਹਾਡਾ ਵੀ ਸੋ ਮੂਵਿੰਗ ਫਾਰਵਰਡ ਆਪਾਂ ਚੱਲਦੇ ਹਾਂ ਅਤੇ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਆਪਣਾ ਲਿਆ ਤਾਂ ਘਰੇ ਸਫਾਈ ਕਰਨ ਦੀ ਵੀ ਲੋੜ ਪੈਣੀ ਹੈ ਅਤੇ ਸਫਾਈ ਕਰਨ ਦੇ ਲਈ ਝਾੜੂ ਵੀ ਅਵੇਲੇਬਲ ਨਹੀਂ ਸਿਰਫ ਔਰ ਸਿਰਫ $2 ਦੇ ਵਿੱਚ ਇੱਦਾਂ ਦੇ ਝਾੜੂ ਨਾ ਉਹ ਸਾਡੇ ਆਫਿਸ ਦੇ ਵਿੱਚ ਰੱਖੇ ਹੁੰਦੇ ਸੀਗੇ ਅਤੇ ਤੁਸੀਂ ਅਸੈਂਬਲ ਕਰ ਸਕਦੇ ਹੋ ਦੋਨਾਂ ਚੀਜ਼ਾਂ ਨੂੰ ਇਹ ਬਰੂਮ ਪੋਲ ਹੈਗਾ $3.75 ਦਾ ਐਂਡ ਬਰੂਮ ਬ੍ਰੱਸ਼ ਹੈਗਾ ਸਿਰਫ $4 ਦਾ
ਸੋ ਸ਼ੂਰੈਕ ਜਸਟ $5 $5 ਸਪੈਂਡ ਕਰਨੇ ਪੈਣੇ ਆ ਤੁਹਾਨੂੰ, ਸ਼ੂਰੈਕ ਤੁਹਾਨੂੰ ਈਜ਼ੀਲੀ ਡਾਲਰਾਂ ਤੋਂ ਅਵੇਲੇਬਲ ਮਿਲ ਜਾਂਦਾ, ਕੁਆਲਿਟੀ ਵਾਈਜ਼ ਵੀ ਗੁੱਡ ਲੱਗ ਰਿਹਾ। ਸੋ ਜਿੱਦਾਂ ਮੈਂ ਤੁਹਾਨੂੰ ਦੱਸਿਆ $5 ਦੇ ਵਿੱਚ ਮੈਕਸੀਮਮ $5 ਦੇ ਵਿੱਚ ਤੁਸੀਂ ਇੱਥੋਂ ਤੱਕ ਕਿ ਤੁਸੀਂ ਬੰਦਿਆਂ ਦਾ ਸਮਾਨ ਛੱਡੋ, ਇੱਥੇ ਐਨੀਮਲਸ ਫੂਡ ਵੀ ਮਿਲ ਜਾਂਦੇ ਆ, ਐਨੀਮਲ ਫੂਡ ਜਿੱਦਾਂ ਡੋਗ ਫੂਡ ਹੋ ਗਿਆ, ਕੈਟ ਫੂਡ ਹੋ ਗਿਆ, ਸਿਰਫ ਔਰ ਸਿਰਫ $350 ਦੇ ਵਿੱਚ। ਗੱਡੀ ਰੱਖੀ ਹੋਈ ਹੈ, ਗੱਡੀ ਨੂੰ ਕਲੀਨ ਕਰਨ ਦੇ ਲਈ ਵਾਈਪਸ $2.5 ਦੇ ਵਿੱਚ, ਠੀਕ ਹੈ। ਸੋ ਮਾਈਕਰੋਫਾਈਬਰ ਦਾ ਜਿਹੜਾ ਵਾਸ਼ਿੰਗ ਟਾਵਲ ਹੁੰਦਾ ਸਿਰਫ ਔਰ ਸਿਰਫ $4 ਦੇ ਵਿੱਚ। ਸੋ ਇੱਧਰ ਕੱਪੜੇ ਲਾਂਡਰੀ 'ਚ ਰੱਖਣ ਦੇ ਲਈ ਬਾਸਕਿਟ 'ਚ ਹੁੰਦੀਆਂ ਨੇ, ਟੱਬ 'ਚ ਹੁੰਦੇ ਨੇ, ਸਿਰਫ ਔਰ ਸਿਰਫ $3.5। ਇਲੈਕਟ੍ਰਿਕ ਸਮਾਨ ਲੈਣਾ, ਤੁਸੀਂ ਬੱਲਬ ਲੈਣਾ ਜਾਂ ਕੁਛ ਵੀ ਲੈਣਾ, ਵਾਇਰਸ ਲੈਣੀਆਂ, ਕੋਰਡਸ ਲੈਣੀਆਂ, ਸਿਰਫ $2.25। ਇਸ ਤੋਂ ਸਸਤਾ ਸਮਾਨ ਤੁਹਾਨੂੰ ਬਾਹਰ ਕਿਤੇ ਨਹੀਂ ਮਿਲਣਾ, ਸਿਰਫ ਔਰ ਸਿਰਫ ਡੋਲਰ ਸਟੋਰ ਜਾਂ ਡੋਲਰਾਮਾ ਤੋਂ ਹੀ ਮਿਲਣਾ। ਬੱਲਬ ਹੋ ਗਏ ਜਿੱਦਾਂ LED ਬੱਲਬਸ ਹੋ ਗਏ, ਹੈ ਨਾ, ਰੱਗਸ ਹੋ ਗਏ ਇੱਧਰ ਸਿਰਫ $4.25। ਜਿੱਦਾਂ ਕਿ ਹੁਣ ਬੜੇ ਫੈਸਟਿਵ ਮੰਥ ਚੱਲਦੇ ਪਏ ਨੇ ਕੈਨੇਡਾ ਦੇ ਵਿੱਚ, ਨਹੀਂ ਐਵਰੀਵੇਅਰ ਇੰਡੀਆ ਦੇ ਵਿੱਚ ਵੀ, ਹੁਣ ਜਿੱਦਾਂ ਦੀਵਾਲੀ ਵਗੈਰਾ ਆਉਣ ਵਾਲੀ ਹੈ ਜਾਂ ਬੜੇ ਫੈਸਟੀਵਲ ਆਉਣ ਵਾਲੇ ਨੇ। ਸੋ ਕੈਨੇਡਾ ਦੇ ਵਿੱਚ ਜਿੱਦਾਂ ਕਿ ਹੁਣ ਹੈ ਨਾ ਹੈਲੋਵੀਨ ਆਉਣ ਵਾਲਾ, ਅਤੇ ਕੋਈ ਵੀ ਇੱਦਾਂ ਦੇ ਤੁਸੀਂ ਹੈਲੋਵੀਨ ਰਿਲੇਟਡ ਪ੍ਰੋਡਕਟਸ ਲੈਣੇ ਨੇ ਉਹ ਵੀ ਮਿਲਦੇ ਨੇ ਇੱਥੋਂ, ਵੀ ਈਜ਼ੀਲੀ ਅਵੇਲੇਬਲ ਨੇ, ਜਾਂ ਲਾਈਟਸ ਲੈਣੀਆਂ ਨੇ, ਹੈ ਨਾ, ਕੁਛ ਵੀ ਲੈਣਾ, ਜਾਂ ਬੱਲਬਸ ਲੈਣੇ ਨੇ, ਜਾਂ ਕੋਈ ਇੱਦਾਂ ਦੀ ਚੀਜ਼ ਲੈਣੀ ਹੈ ਜੋ ਤੁਸੀਂ ਆਪਣੇ ਘਰ ਨੂੰ ਡੈਕੋਰੇਟ ਕਰਨਾ ਚਾਹੁੰਦੇ ਹੋ, ਠੀਕ ਹੈ, ਇਨ ਆਰਡਰ ਟੂ ਸੈਲੀਬ੍ਰੇਟ ਦਾ ਫੈਸਟੀਵਲ, ਯੂ ਨੋ, RIP। ਸੋ ਸਿਰਫ ਔਰ ਸਿਰਫ $3 ਦੇ ਵਿੱਚ, ਕਿੰਨਾ ਹੈਵੀ ਲੱਗ ਰਿਹਾ ਦੇਖਣ ਨੂੰ ਇਹ। ਜਦੋਂ ਕੈਨੇਡਾ ਤੋਂ ਇੰਡੀਆ ਜਾਣਾ ਹੁੰਦਾ ਨਾ, ਆਪਣੇ ਉੱਥੇ ਬਹੁਤ ਕਹਿੰਦੇ ਕੈਨੇਡਾ ਦੀਆਂ ਟੌਫੀਆਂ ਲੈ ਆਈ, ਕੈਨੇਡਾ ਦੇ ਚੋਕਲੇਟ ਲੈ ਆਈ, ਸਸਤੇ ਚੋਕਲੇਟ ਲੈਣੇ ਆ ਕੈਨੇਡਾ ਤੋਂ ਲੈਣੇ ਆ, ਅਤੇ ਆਪਣੇ ਰਿਸ਼ਤੇਦਾਰਾਂ ਨੂੰ ਇੰਡੀਆ ਭੇਜਣੇ, ਤੁਸੀਂ ਉਹ ਵੀ ਲੈ ਸਕਦੇ ਹੋ ਸਿਰਫ ਔਰ ਸਿਰਫ $4.25 ਦੇ ਵਿੱਚ। ਇੱਦਾਂ ਦੀਆਂ ਟੌਫੀਆਂ ਨਾ ਸਾਡੇ ਜਦੋਂ ਕੋਈ ਬਾਹਰੋਂ ਆਉਂਦਾ ਹੁੰਦਾ, ਇੱਦਾਂ ਦੀਆਂ ਟੌਫੀਆਂ ਦੀਆਂ ਥੈਲੀਆਂ ਜਾਂ ਪੋਟਸ ਜਿਹਾ ਲੈ ਕੇ ਆਉਂਦੇ ਹੁੰਦੇ ਸੀਗੇ, ਅਸੀਂ ਬੜਾ ਖੁਸ਼ ਹੁੰਦੇ ਨੇ ਖਾ ਕੇ, ਮੇ ਬੀ ਤੁਸੀਂ ਵੀ ਖੁਸ਼ ਹੋਵੋਗੇ, ਆਈ ਹੋਪ। ਇਲੈਕਟ੍ਰੋਨਿਕ ਡਿਵਾਈਸ ਸੈਕਸ਼ਨ ਦੇ ਵਿੱਚ ਆਪਾਂ ਨੂੰ ਸਾਰੀਆਂ ਚੀਜ਼ਾਂ ਰਿਲੇਟਡ ਟੂ ਅਰ, ਯੂ ਨੋ, ਕੰਪਿਊਟਰਸ, ਮੋਬਾਈਲ ਫੋਨਸ, ਕੁਛ ਵੀ ਲੈਣਾ ਤੁਸੀਂ ਇਲੈਕਟ੍ਰੋਨਿਕ ਰਿਲੇਟਡ, ਸਿਰਫ ਔਰ ਸਿਰਫ $4.75 ਦੇ ਵਿੱਚ ਤੁਸੀਂ ਆਹ ਚਾਰਜਿੰਗ ਵਾਇਰਸ ਵੀ ਲੈ ਸਕਦੇ ਹੋ, ਇੰਨਾ ਕੋਈ ਖਾਸ ਮਹਿੰਗੀਆਂ ਨਹੀਂ ਹੈਗੀਆਂ। ਮੈਂ ਨਾ ਇੱਕ ਅੱਜ ਤੋਂ ਆਈ ਗੈਸ ਆਲਮੋਸਟ 6 to 7 ਮੰਥ ਪਹਿਲਾਂ ਇੱਕ ਯੂ ਨੋ ਮਾਊਸ ਬਾਏ ਕੀਤਾ ਸੀਗਾ ਸਿਰਫ ਔਰ ਸਿਰਫ $4.55 ਦੇ ਵਿੱਚ, ਜਿਹੜਾ ਕਿ ਅੱਜ ਵੀ ਮੇਰਾ ਸਮੂਥਲੀ ਪ੍ਰੋਪਰਲੀ ਵਰਕ ਕਰ ਰਿਹਾ, ਅਤੇ ਅੱਜ ਵੀ ਮੈਨੂੰ ਲੱਗਦਾ ਇਟਸ ਬਿਨ ਮੋਰ ਦੈਨ 7 or 8 ਮੰਥਸ, ਅਤੇ $4 ਦੇ ਵਿੱਚ ਅਗਰ ਤੁਹਾਡੀ ਕੁਆਲਿਟੀ ਇੰਨੀ ਸੋਹਣੀ ਮਿਲਦੀ ਹੈ, ਤਾਂ ਕੰਪੈਰੇਟਿਵਲੀ ਸਿਮੀਲਰ ਜਿਹੜੇ ਮਾਊਸ ਹੁੰਦੇ ਨੇ ਨਾ, ਇਹ ਵਾਲਮਾਰਟ 'ਚ ਜਾਓਗੇ ਜਾਂ ਕਿਸੇ ਹੋਰ ਸਟੋਰ ਦੇ ਵਿੱਚ ਜਾਓਗੇ, ਤੁਹਾਨੂੰ ਮੋਰ ਦੈਨ $30, ਮੋਰ ਦੈਨ $50 ਈਜ਼ੀਲੀ ਮਿਲਦੇ ਆ, ਬਟ ਅਕੋਰਡਿੰਗ ਟੂ ਪ੍ਰਾਈਜ਼ ਕੁਆਲਿਟੀ ਇਜ਼ ਬੈਸਟ। $4 ਦੇ ਵਿੱਚ ਤੁਹਾਡਾ ਮਾਊਸ ਐਟਲੀਸਟ 5 or 6 ਮੰਥ ਵੀ ਵਰਕ ਕਰ ਰਿਹਾ, ਤਾਂ ਇਟਸ ਵੇ ਬੈਟਰ ਕਿ ਤੁਹਾਨੂੰ ਕੁਆਲਿਟੀ ਤੁਸੀਂ ਆਪ ਹੀ ਜੱਜ ਕਰ ਸਕਦੇ ਹੋ ਕਿ ਤੁਹਾਨੂੰ $4 ਦੇ ਵਿੱਚ ਕਿੰਨੀ ਕੁ ਕੁਆਲਿਟੀ ਮਿਲਦੀ ਹੈ। ਸੋ ਮੇਰੀ ਅਕੋਰਡਿੰਗ ਬਹੁਤ ਬੈਸਟ ਆ, ਕਿਉਂਕਿ ਮੈਂ ਖੁਦ ਯੂਜ਼ ਕੀਤਾ ਹੋਇਆ, ਸੋ ਸਿਰਫ $1.5 ਦੀ। ਸੋ ਕਾਪੀਆਂ ਕਿਤਾਬਾਂ ਵੀ ਮਿਲ ਜਾਂਦੀਆਂ ਨੇ, ਕਿੱਧਰ ਗਿਆ, ਕਾਪੀਆਂ ਕਿਤਾਬਾਂ ਵੀ ਮਿਲ ਜਾਂਦੀਆਂ ਨੇ, ਠੀਕ ਹੈ। ਸੋ ਕਲਰ ਵੀ ਲੈਣੇ ਆ, ਕਲਰ ਵੀ ਮਿਲ ਜਾਂਦੇ ਨੇ। ਅਸਾਈਨਮੈਂਟਸ ਬਣਾਉਣ ਦੇ ਲਈ ਤੁਹਾਨੂੰ ਯੂ ਨੋ ਬੁੱਕਸ ਚਾਹੀਦੀ ਆ, ਨੋਟ ਬੁੱਕਸ ਚਾਹੀਦੀਆਂ, ਡਾਇਰੀਜ਼ ਚਾਹੀਦੀਆਂ, ਸਾਰਾ ਕੁਛ ਮਿਲ ਜਾਂਦਾ, ਸਾਰਾ $1.75। ਆਈ ਹੋਪ ਕਿ ਵੀਡੀਓ ਇੱਥੇ ਤੱਕ ਤੁਹਾਨੂੰ ਵਧੀਆ ਲੱਗੀ ਹੋਈ, ਇਨਫੋਰਮੇਟਿਵ ਲੱਗੀ ਹੋਊਗੀ, ਹੈਲਪਫੁੱਲ ਹੋਊਗੀ। ਅਗਰ ਹੈਲਪਫੁੱਲ ਹੋਈ ਤਾਂ ਵੀਡੀਓ ਨੂੰ ਇੱਥੇ ਤੱਕ ਤੁਸੀਂ ਦੇਖ ਰਹੇ ਹੋ, ਲਾਈਕ, ਸਬਸਕ੍ਰਾਈਬ, ਕਮੈਂਟ ਕਰਨਾ ਨਾ ਭੁੱਲਿਓ, ਇੱਦਾਂ ਹੀ ਮੋਟੀਵੇਸ਼ਨ ਮੈਨੂੰ ਮਿਲਦੀ ਰਹਿਣੀ। ਜੇ ਤੁਸੀਂ ਕਦੇ ਕਦੇ ਨਹਾਉਣ ਦੇ ਸ਼ੌਕੀਨ ਹੋ ਨਾ, ਤਾਂ ਸਾਬਣ ਵੀ ਮਿਲਦਾ, ਠੀਕ ਹੈ, ਸਾਬਣ ਵੀ ਮਿਲਦਾ, ਲੋਸ਼ਨਸ ਵੀ ਮਿਲਦੇ ਆ, ਐਂਡ ਹੇਅਰ ਕਲਰ ਵੀ ਮਿਲਦਾ, ਈਵਨ ਕਿ ਜਸਟ $4.25। ਸੋ ਇਹ ਸੀਗਾ ਅੱਜ ਦਾ ਵਲੌਗ, ਚੀਪੈਸਟ ਸਟੋਰ ਇਨ ਕੈਨੇਡਾ। ਆਈ ਹੋਪ ਤੁਸੀਂ ਵੀਡੀਓ ਨੂੰ ਇੰਜੋਏ ਕੀਤਾ ਹੋਣਾ, ਅਤੇ ਵੀਡੀਓ ਇਨਫੋਰਮੇਟਿਵ ਲੱਗੀ ਹੋਣੀ ਹੈ, ਕੁਛ ਨਾ ਕੁਛ ਤਾਂ ਹੈਲਪਫੁਲ ਹੋਊਗੀ ਜਦੋਂ ਤੁਸੀਂ ਕੈਨੇਡਾ ਆਓਗੇ। ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸੋ ਕਰਦੇ ਹਾਂ ਅੱਜ ਦਾ ਵਲੌਗ ਇੱਥੇ ਹੀ ਖਤਮ, ਅਤੇ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਰੱਖੋ ਆਪਣਾ ਖਿਆਲ, ਟਿਲ ਦੈਨ ਸਟੇ ਟਿਊਨਡ, ਬਾਏ ਬਾਏ।